यार जरूर यार सपोर्ट करनी चाहिए। सो वीरियो कर दो शेयर, चलता चलता लाइव थोनू दस दें अच गल बात बेअंत कौर दियाँ होर। डिपोर्ट वीरियो करा के छड़ांगे उन्हों। पहला सारे जने वीडियो देखो फिर गल करते हैं। करता गुस्सा बने लाया है क्योंकि सारिया कुड़िया उन्हां चों नहीं आउंदियां कि बंदे दे पैसे लवा के ते इत्थे गुल छड़े रहन, ते जे इन्ना ही दम आ ना ते अपने दम ते आया करो इत्थे। पहली गल बीबा जी, तुहाडी वीडियो जो मैसेज दे आ रहा वो बिल्कुल सही नहीं जा रहा। दूजी गल जिहड़े कह रहे मुंडे अपने दम ते आउण जां फिर मुंडे तां पैसा लाउंदे आ कि इन्हां ने कनेडा जाण दे लालच दे विच जां फिर आप पायलट्स कर लैण, उन्हें सारे जवाब है बीबा जी फिर कुड़ियाँ भी आप अपने दम ते आया करन, क्यों मुंडे वाले दे पैसे लवानियाँ, क्यों बगाने पुत मरवानियाँ। जो उन्होंने पता आया कि उन्होंने कोल तां नानके जाण जोगी भाण भी नहीं हैगी फिर क्यों कुड़ियाँ आईलैट्स जॉइन कर दियाँ, फिर उन्होंने घर के भी कहा करन कि असीं कुड़ियाँ बेचनियाँ गाहक लभदे आ कोई पैसे वाला, फिर क्यों रिश्ते वेख दियाँ जिथे लिखा हुंदा कनेडा जाने लई कुड़ी चाहीदी आ खर्चा मुंडे वल्लों। ठीक है जी, बाकी मैडम जी सारे अपने दम ते आउने आ, तू किसी नूं स्पॉन्सर नहीं करदी। ਬੇਅੰਤ ਕੌਰ ਬਾਜਵਾ ਕਿਵੇਂ ਕਰਦੀ ਸੀਗੀ ਇੰਟਰਵਿਊ ਚ ਦੱਸੀ ਜਰਾ, ਹੱਥਾਂ ਦੀ ਕੁੜੀਆਂ ਨਹੀਂ ਗਲਤ ਹੁੰਦੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਦੇ ਕੁਝ ਵੱਡੇ ਕੁਝ ਖਾਸ ਅਪਡੇਟ ਲੈ ਕੇ। ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਬੇਅੰਤ ਕੌਰ ਬਾਜਵਾ ਤੇ ਲਵਪ੍ਰੀਤ ਦਾ ਮਸਲਾ ਜਿਵੇਂ ਜਿਵੇਂ ਚਰਚਾ ਦੇ ਵਿੱਚ ਆ ਰਿਹਾ ਉਵੇਂ ਉਵੇਂ ਇਸ ਦੇ ਵਿੱਚ ਕੁਝ ਵੱਡੇ ਖੁਲਾਸੇ ਵੀ ਸਾਹਮਣੇ ਆ ਰਹੇ ਨੇ। ਤੇ ਦੋਸਤੋ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਵੱਲੋਂ ਕੁਝ ਹੋਰ ਵੱਡੇ ਖੁਲਾਸੇ ਕੀਤੇ ਗਏ ਨੇ ਬੇਅੰਤ ਕੌਰ ਬਾਜਵਾ ਬਾਰੇ ਅਤੇ ਲਵਪ੍ਰੀਤ ਸਿੰਘ ਦੇ ਕੇਸ ਦੇ ਵਿੱਚ ਕੀ ਨੇ ਖੁਲਾਸੇ, ਉਹ ਦਿਖਾਉਣ ਦੇ ਲਈ ਤੁਹਾਨੂੰ ਲੈ ਚੱਲਦੇ ਹੁਣ ਇਸ ਨੌਜਵਾਨ ਦੀ ਵੀਡੀਓ ਵੱਲ। ਵੀਡੀਓ ਵੱਲ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗੇ ਕਿ ਜਿਹੜੇ ਦੋਸਤ ਨਵੇਂ ਨੇ ਤੇ ਜਿਨ੍ਹਾਂ ਨੇ ਹਾਲੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੀਡੀਓ ਦੇ ਥੱਲੇ ਦਿਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ 'ਤੇ ਟੱਚ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਬੈਲ 'ਤੇ ਕਲਿੱਕ ਕਰਕੇ ਆਲ 'ਤੇ ਜ਼ਰੂਰ ਸਿਲੈਕਟ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਅਤੇ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਅਤੇ ਨਾਲ ਹੀ ਤੁਸੀਂ ਸਾਡੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਅਕਾਊਂਟਸ ਨੂੰ ਵੀ ਲਾਈਕ ਫੋਲੋ ਕਰ ਸਕਦੇ ਹੋ ਕਿਉਂਕਿ ਅਸੀਂ ਉੱਥੇ ਵੀ ਤੁਹਾਡੇ ਨਾਲ ਪਲ ਪਲ ਦੀ ਜਾਣਕਾਰੀ ਪਲ ਪਲ ਦੀਆਂ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹਾਂ। ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਨੌਜਵਾਨ ਦੀ ਵੀਡੀਓ ਵੱਲ। ਨੌਜਵਾਨ ਦੇ ਵਿਚਾਰ ਅਤੇ ਉਹਨਾਂ ਵੱਲੋਂ ਕੀਤੇ ਗਏ ਖੁਲਾਸੇ ਸੁਣਨ ਤੋਂ ਬਾਅਦ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਕੇ ਜਾਣਾ। ਅਤੇ ਨਾਲ ਹੀ ਦੋਸਤੋ ਜਿਵੇਂ ਕਿ ਆਪਾਂ ਤੁਹਾਡੇ ਨਾਲ ਹਰ ਰੋਜ਼ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਇਸ ਵੇਲੇ ਇੱਕ ਬਹਿਸ ਚੱਲ ਰਹੀ ਹੈ ਕਿ ਜੋ ਬੇਅੰਤ ਕੌਰ ਬਾਜਵਾ ਹੈ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰ ਦੇਣਾ ਚਾਹੀਦਾ ਜਾਂ ਫਿਰ ਨਹੀਂ, ਕਿਉਂਕਿ ਕੁਝ ਲੋਕ ਡਿਪੋਰਟ ਕਰਨ ਦੇ ਹੱਕ ਦੇ ਵਿੱਚ ਨੇ ਅਤੇ ਕੁਝ ਲੋਕ ਡਿਪੋਰਟ ਨਾ ਕਰਨ ਦੇ ਹੱਕ ਦੇ ਵਿੱਚ। ਤੁਸੀਂ ਕੀ ਸੋਚਦੇ ਹੋ ਕਿ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਨਾ ਚਾਹੀਦਾ ਜਾਂ ਫਿਰ ਨਹੀਂ, ਇਸ ਬਾਰੇ ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਸਾਂਝੀ ਕਰਿਓ। ਸੋ ਹੁਣ ਝਲਕ ਮਾਰੋ ਇਸ ਵੀਡੀਓ 'ਤੇ। ਜ਼ਰੂਰ ਆ ਸਪੋਰਟ ਕਰਨੀ ਚਾਹੀਦੀ ਹੈ। ਸੋ ਵੀਰਿਓ ਕਰ ਦਿਓ ਸ਼ੇਅਰ, ਚੱਲਦਾ ਚੱਲਦਾ ਲਾਈਵ ਤੁਹਾਨੂੰ ਦੱਸਦੇ ਹਾਂ ਅੱਜ ਗੱਲਾਂ ਬਾਤਾਂ ਬੇਅੰਤ ਕੌਰ ਦੀਆਂ ਹੋਰ। ਡਿਪੋਰਟ ਵੀਰਿਓ ਕਰਾ ਕੇ ਛੱਡਾਂਗੇ ਉਹਨੂੰ। ਜੁੜ ਜਾਓ ਬਾਈ, ਜੁੜ ਜਾਓ, ਖਿੱਚ ਕੇ ਕਰ ਦਿਓ ਵੀਰੇ, ਸ਼ੇਅਰ ਕਰ ਦਿਓ, ਕਿਉਂਕਿ ਨਾ ਆਪਣੇ ਕੋਲ ਆਹੀ ਤਾਕਤ ਆ ਜਿਹੜੀ ਆਪਣੇ ਕੋਲ ਮਤਲਬ ਫੇਸਬੁੱਕ ਹੋ ਗਿਆ ਹਨਾ, ਇਹੋ ਹੀ ਆਪਣੇ ਕੋਲ ਤਾਕਤ। ਖਿੱਚ ਕੇ ਸ਼ੇਅਰ ਕਰ ਦਿਓ ਬਸ, ਤੁਹਾਨੂੰ ਮਤਲਬ ਪਤਾ ਲੱਗ ਜੇ ਹਨਾ ਵੀ ਧੋਖੇ ਦਾ ਸਾਲਾ ਜਿਹੜਾ ਹੁੰਦਾ ਨਤੀਜਾ ਕੀ ਹੁੰਦਾ, ਕਿਸੇ ਦਾ ਪੁੱਤ ਮਾਰ ਦੇਣਾ ਹਨਾ ਕਿੱਡੀ ਵੱਡੀ ਗੱਲ ਆ। ਗੱਲ ਕਰਦੇ ਹਾਂ ਬਾਈ ਜੀ, ਬੇਅੰਤ ਕੌਰ ਹਨਾ ਜਿਹੜੀ ਆਉਂਦੀ ਆ ਕਿ ਸੱਚੀ ਬਣਦੀ ਇੰਟਰਵਿਊ ਤੇ ਅੱਖਾਂ ਚੋਂ ਪਾਣੀ ਮਗਰਮੱਛ ਦੇ ਹੰਝੂ ਹਨਾ, ਪਹਿਲੀ ਗੱਲ ਤਾਂ ਉਹ ਵੀਰਾਂ ਨੂੰ ਮੈਂ ਕਹਿੰਦਾ ਜਿਹੜੇ ਉਹਦੇ ਨਾਲ ਹੁਣ ਵੀ ਖੜਿਆ ਸਪੋਰਟ ਕਰਦੇ, ਬਾਈ ਜੀ ਬਹੁਤ ਗਲਤ ਗੱਲ ਆ ਕਿਉਂਕਿ ਕਿਸੇ ਦਾ ਮਰ ਗਿਆ ਪੁੱਤ ਹਨਾ ਉਹਨੂੰ ਬਹੁਤ ਜ਼ਿਆਦਾ ਦੁੱਖ ਆ, ਕੱਲਾ ਕੱਲਾ ਪੁੱਤ ਸੀ ਤੁਰ ਗਿਆ ਉਹਨਾਂ ਦਾ, ਠੀਕ ਆ ਨਾ। ਦੂਜੀ ਗੱਲ ਜਿਹੜੀ ਕਰਦੇ ਆ ਮਗਰਮੱਛ ਦੇ ਹੰਝੂ ਜਿਹੜੀ ਰੋ ਰੋ ਕੇ ਕਹਿੰਦੀ ਆ ਜੀ ਮੇਰਾ ਤਾਂ ਹਸਬੈਂਡ ਸੀਗਾ, ਮੇਰਾ ਫਲਾਨਾ ਨਿਮਕਾ, ਮੈਂ ਉਹਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਜੇ ਤੇਰਾ ਹਸਬੈਂਡ ਸੀਗਾ ਜਦੋਂ ਉਹਦੀ ਡੈਥ ਹੋਈ ਆ, ਠੀਕ ਆ ਨਾ, ਮੰਨ ਕੇ ਚਲੋ ਸਭ ਤੋਂ ਪਹਿਲਾਂ ਜਦੋਂ ਮਾਂ ਪਿਓ ਕੁੜੀ ਦਾ ਮੁੰਡੇ ਦੇ ਲੜ ਲਾਉਂਦਾ ਉਹਨੂੰ ਇਹ ਗੱਲ ਕਹਿੰਦਾ ਕਿ ਤੇਰਾ ਅੱਜ ਤੋਂ ਬਾਅਦ ਸਾਰਾ ਕੁਛ ਤੇਰਾ ਪਤੀ ਆ, ਠੀਕ ਆ ਨਾ, ਤੇਰੇ ਨਾਲ ਮੈਂ ਉਹਦੇ ਨਾਲ ਤੈਨੂੰ ਤੋਰਤਾ, ਤੂੰ ਉਹਦੀਆਂ ਤੇ ਉਹ ਤੇਰਾ। ਇਹ ਕਹਿੰਦੀ ਆ ਕਿ ਮੇਰਾ ਹਸਬੈਂਡ ਦੀ ਡੈਥ ਹੋ ਗਈ ਆ ਜੀ, ਐਂ ਹੋ ਗਿਆ ਤੇ ਮੇਰਾ ਕੋਈ ਕਸੂਰ ਨੀਗਾ, ਜੇ ਤੇਰਾ ਐਡਾ ਹੀ ਸੀ ਨਾ, ਜੇ ਤੇਰਾ ਇਹਨੂੰ ਉਹਨਾਂ ਪਿਆਰ ਸੀਗਾ ਤੇ ਤੂੰ ਇੰਡੀਆ ਕਿਉਂ ਨੀ ਆਈ, ਤੂੰ ਐਂ ਕਿਉਂ ਨੀ ਆਖਿਆ ਵੀ ਕਿ ਮੇਰੇ ਹਸਬੈਂਡ ਦੀ ਡੈਥ ਹੋ ਗਈ ਆ, ਤੁਸੀਂ ਇਹਨੂੰ ਰੱਖੋ ਤੇ ਮੈਂ ਇਹਦੇ ਸ਼ਿਕਾਰ ਤੇ ਆਊਂਗੀ, ਇਹਦਾ ਮੂੰਹ ਦੇਖਣਾ, ਇੰਨਾ ਵੀ ਨੀ ਸੀਗਾ ਤੈਨੂੰ, ਤੈਨੂੰ ਸਿਰਫ ਕੈਨੇਡਾ ਹੀ ਸੀਗਾ।
सिर्फ कनेडा। जिहड़े लोग ये कहिंदे आ कि हाँ भीरे यार उहदी गलत गल सी, सुसाइड नहीं करनी सीगी भीरे, उन्होंने मैं ये गल कहनी चाहुंना कि बाई जी जदों बंदे नूं हर पासों मिहणे वजन लग जाण, धक्के वजन लग जाण, है ना, उधरों घर वाली ना गल करे, वाइफ ना गल करे, उत्तों इन्हें पता लग गया भी होरां ना गल्लां करदी उह, फिर मुंडा दसो की करदा विचारा। उन्हें तो इत्थों तक भी गल कहती कि मैनूं एक वारी मैंत नाल बाहर सद ला, जो मर्जी कर ली मुड़ के। जे इन्नी उच कुड़ी चाणक हुंदी बाहर सद लैंदी एक वारी उहनूं, क्यों नहीं सद्या? क्योंकि मन दे विच धोखा सीगा। 25-30 लाख विचारे ने ला के भेजा यार, कौन मां प्यो दसो कि मां प्यो चाहुंदा कि साडा बच्चा मतलब गलत काम च बह जाए, है ना, किहड़ा मां प्यो चाहुंदा? सारे वीर कई आए कह रहे हैं कि वीरे की लोड़ सी आईलैट्स लैण की, की लोड़ सी इन्हां नूं आईलैट्स वाली कुड़ी लैण की, लोड़ सी पैसे लाउण की। यार जिवें ट्रेंड चल रहा लोग उवें चल रहे आ, दसो कला कला पुत सी उन्हां नूं जे पता हुंदा साडा पुत तां ही मर जाणा, दसो उन्हां नूं लोड़ सी पैसा लाउण की? हुण उत्थे बैठी रोई जांदी आ, कहिंदी 30 लाख लग्गिया ना, मेथों 35 चक लो, पर मैनूं डिबोट ना करो जी, जिहदा पुत मर गया पुत मोड़ देंगी, कला कला पुत सी उन्हां दा। जिहड़े लोग कह रहे आ कि नहीं यार मुंडा गलत सीगा, कुड़ी सही आ, बई जी जिन्हां दा पुत मर गया उन्हां नूं जाके पुछो, उह तां हुण कनेडा च बैठी नजारे लई जांदी है ना, इह चरम सारा। जिहड़े वी वीरे वीर भैण है ना यार, चल किथे भी बैठे आ, घरां च बैठे आ जां बाहर बैठे आ, किते इंडिया च बैठे आ, किते भी बैठे आ, बई जी वध तों वध ना इहो जी वीडियो शेयर करो, आप बना के पाओ, है ना, डिपोर्ट कराओ, उहनूं फिर पता लगे जदों इंडिया आवे ना घर दी ना घाट दी। होर भी कुड़ियां नूं पता लगूगा भी जिहो जी इहनूं कुड़ी नूं जो चक के इंडिया मारोंगे ना, डिपोर्ट करोंगे, होरां कुड़ियां दे अखां खुलणगियां भी हाँ असीं भी इह काम तों बच गए। जे एक कुड़ी इंडिया ना ना ही डिपोर्ट ना हुई, होर भी मुंडे कुड़ियां इहो जिहा काम करनगे, जिन्ना इस करके जिन्ने होर मुंडे मरनगे जां कुड़ियां मरनगियां उह वड्डा कारण इहो होऊगा। इस करके बई जी जिहड़ी लाडी ने कुरबानी कीती है ना, उह बहुत वड्डी कुरबानी आ, कल्ले उहने आपदे लई नहीं, उन्हें सारे मतलब किन्ने केस होर निकले उहदी इक कुरबानी करके, उहदी इक कुरबानी करके। जे हुण इह गल वड्डे लैवल ते जांदी आ, पहुंचाउणी किहने आ? आपां पहुंचाउणी आपां लोकां ने, क्योंकि आपणे मुद्दे आ, इह होर किसे ने नहीं चक्कणे। जे आपां उठांगे आपां तुरांगे है ना, वीडियो शेयर करो तां आप बोलो है ना, लोकां लई खड़ो यार, ऐ ना आखो वी सानूं की आ, साडा किहड़ा लाडी साडा की लगदा सी, हुण लाडी मेरा की लगदा सी, कुछ नहीं यार। पर उन्हां जदों वीडियो देखदे है ना, उन्हां घरे इंटरव्यू हुंदी आ, उहदी मां रोंदी, उहदा डैडी रोंदा, जिन्हां दा इक्को इक पुत सी चावां ना खड़ाया लिखाया पढ़ाया है ना, ते पैसे जिन्ने सीगे विचारां कोले आप लए कुछ, बाकी इकट्ठे करके पासां यार, हुण लोक वी मंगदे जिन्हां तों फड़े हुंदे आ, बहुत औखा हो जांदा बई जी, बहुत ज़्यादा औखा हो जांदा। ते वड्डी लानत पाउणा मैं उह कुड़ी नूं जिन्हें इन्ना कुछ जाके है ना मतलब उत्थे जाके कीता, उहनूं इह नहीं लग्गिया पता वी हाँ वी मैं मतलब जे एड्डी हुंदी है ना, जे घर दे एडे तकड़े हुंदे तां पैसे ला के उहनूं भेज दिंदे, क्यों किसे दा पुत मरवाया, क्यों किसे दा पुत मरवाया, है जवाब उहदे कोले? कोई जवाब नहीं, अगों रो के दिखा दिंदी, अगों रो के दिखा दिंदी आ। इह बहुत गलत गल्लां बई जी, धोखा किसे नाल करोंगे तां धोखा तुहाडे नाल होणा ही होणा, लाजमी 100% 101% आ। जे कल नूं मन के चलो कुड़ी आंदी है ना, चल मैनूं की होगा जे उत्थे रहि वी गई हो, उत्थे डिपोर्ट नहीं भी हुंदी, पर इक गल मेरी सुन लवो, कल नूं उहदा भरा जां भैण उहदे नाल इह गल होणी होणी आ 100%, अज नहीं कल नहीं परसों, इहदा गल बई जी होणी होणी आ। जो बीजोंगे उही वड्डोंगे, कणक बीजोंगे कणक ही उगणी आ, झोना लाओगे झोना ही खीर ते वड्डा जाणा, मक्की बीजोंगे ते खीर ते मक्की बीजी जाणी आ, पुन्न करोंगे खीर ते पुन्न ही वड्डोंगे, चंगे कम करोंगे खीर ते चंगे ही मिलणगे बई जी, माड़े कम्मां दे माड़े नतीजे आ। बाकी उह मुंडे नूं वी यार मैं फिट्टे लाउण ते कहिंदा हाँ, दुर फिट्टे जिहड़ा मतलब उहनूं पता सीगा व्याही कुड़ी आ, ਉਹ ਫਿਰ ਵੀ ਹੈ ਨਾ ਉਹਦੇ ਨਾਲ ਫਿਰ ਹੁਣ ਐਂ, ਚਲੋ ਹੁਣ ਕੱਲ੍ਹ ਨੂੰ ਐਂ ਕਹਿ ਦੂਗੀ ਉਹ ਤਾਂ ਮੇਰਾ ਭਰਾ ਸੀਗਾ, ਪਰ ਭੈਣ ਭਰਾ ਐਂ ਜੱਫੀਆਂ ਪਾ ਕੇ ਸੈਲਫੀ ਨਹੀਂ ਕਰਦੇ ਹੁੰਦੇ। ਬਹੁਤ ਮਾੜੀ ਗੱਲ ਆ ਬਾਈ ਜੀ, ਜਿਨ੍ਹਾਂ ਦਾ ਪੁੱਤ ਮਾਰ ਗਿਆ ਉਹਨਾਂ ਨੂੰ ਪਤਾ ਹੁੰਦਾ। ਮੈਂ ਤਾਂ ਇਹੋ ਹੀ ਕਹਿੰਦਾ ਵੀ ਚਲੋ ਮਤਲਬ ਇਹੋ ਜਿਹੀਆਂ ਕੁੜੀਆਂ ਹੈ ਨਾ ਇਹ ਕੰਮ ਕਰਦੀਆਂ, ਉਹਨਾਂ ਲਈ ਬਹੁਤ ਮਾੜਾ, ਪਰ ਯਾਰ ਤੁਸੀਂ ਵੀ ਆਪਣਾ ਆਪ ਥੋੜ੍ਹਾ ਜਿਹਾ ਨਾ ਸੰਭਾਲ ਕੇ ਰੱਖੋ ਯਾਰ, ਐਡੀ ਛੱਡੀ ਇੰਨਾ ਵੱਡਾ ਕਦਮ ਨਾ ਚੱਕਿਆ ਕਰੋ, ਕਿਉਂਕਿ ਕੁੜੀਆਂ ਚਲੋ ਹੋਰ ਵੀ ਆ ਜਾਣਗੀਆਂ ਪਰ ਮਾਂ ਪਿਓ ਦੁਆਰਾ ਨਹੀਂ ਮਿਲਣੇ, ਹੈ ਨਾ, ਮਾਂ ਪਿਓ ਨੂੰ ਪੁੱਤ ਦੁਆਰਾ ਨਹੀਂ ਮਿਲਣਾ। ਸੋ ਬਾਈ ਜੀ ਉਹਨਾਂ ਦਾ ਦੇਖੋ ਘਰ ਦਾ ਕੀ ਹਾਲ ਆ ਯਾਰ, ਹੈ ਨਾ, ਉਹਨਾਂ ਨੂੰ ਇੱਕੋ ਹੀ ਮੰਗ ਆ, ਉਹਨਾਂ ਨੇ ਕੱਲ੍ਹ ਵੇਖੀ ਸੀ ਮੈਂ ਇੰਟਰਵਿਊ, ਹੈ ਨਾ, ਉਹਨਾਂ ਨੂੰ ਕਿਹਾ ਕੁੜੀ ਵਾਲਿਆਂ ਨੇ ਤੁਹਾਨੂੰ 35 ਲੱਖ ਦੇ ਦਿੰਦੇ ਹਾਂ 40 ਲੱਖ ਦੇ ਦਿੰਦੇ ਹਾਂ, ਉਹ ਕਹਿੰਦੇ ਅਸੀਂ 35-40 ਲੱਖ ਦਾ ਕਰਨਾ ਕੀ ਆ, ਸਾਡੇ ਕੋਲ ਰਹਿ ਕੀ ਗਿਆ, ਸਾਡੇ ਕੋਲ ਇਕੱਲਾ ਪੁੱਤ ਸੀ ਸਾਡਾ ਚਲਿਆ ਗਿਆ, ਕੀ ਕਰਾਂਗੇ 35-40 ਲੱਖ ਦਾ, ਸਾਡਾ ਕਹਿੰਦੇ
ਮਾਂ ਪਿਓ ਲਈ ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਨਾ, ਜਿਹਨੂੰ ਕਹਿ ਸਕਦੇ ਹਾਂ ਜ਼ਮੀਨ ਜਾਇਦਾਦ ਹੈ ਨਾ, ਉਹ ਪੁੱਤ ਹੁੰਦਾ, ਧੀਆਂ ਪੁੱਤ ਕਹਿ ਸਕਦੇ ਹਾਂ ਆਪਾਂ। ਉਹ ਇੱਕੋ ਇੱਕ ਤੁਰ ਗਿਆ ਉਹਨਾਂ ਦਾ, ਇੱਕੋ ਇੱਕ ਧੀ ਪੁੱਤ ਤੁਰ ਗਿਆ, ਅਤੇ ਅਸੀਂ ਉਹਨਾਂ ਨੇ ਦੱਸ ਕੀ ਕਰਨੀ ਆ। ਇਸ ਕਰਕੇ ਬਾਈ ਜੀ ਕੁੜੀ ਨੇ ਜਿਹੜਾ ਸਟੈਪ ਚੱਕਣਾ ਬਹੁਤ ਹੀ ਜ਼ਿਆਦਾ ਗਲਤ ਚੱਕਿਆ। ਹੁਣ ਉਹ ਰਿਪਲਾਈ ਕਿਉਂ ਕਰ ਰਹੀ ਆ, ਅੱਗੇ ਨਹੀਂ ਪਤਾ ਸੀਗਾ ਕੁੜੀ ਦੇ ਮਾਂ ਨੇ, ਕੁੜੀ ਦੇ ਸੋਰੀ ਮੁੰਡੇ ਦੇ ਮਾਂ, ਮੁੰਡੀ ਦੀ ਮਾਂ ਨੇ, ਮੁੰਡੇ ਦੇ ਪਿਓ ਨੇ ਉਹਨੂੰ ਫੋਨ ਕੀਤੇ, ਉਹਨਾਂ ਨੇ ਕਿਹਾ ਰਿਸ਼ਤੇਦਾਰਾਂ ਨੂੰ ਫੋਨ ਕੀਤੇ, ਕਿਸੇ ਨੇ ਕੋਈ ਫੋਨ ਨਹੀਂ ਚੱਕਿਆ। ਹੁਣ ਕਿਉਂ ਚੱਕਦੇ ਆ? ਹੁਣ ਪਤਾ ਫਾਨਾ ਅੜ ਗਿਆ, ਹੁਣ ਪਤਾ ਵੀ ਇੰਡੀਆ ਆਉਣਾ ਪੈਣਾ, ਹੁਣ ਡਿਪੋਰਟ ਹੋਣਾ ਪੈਣਾ, ਹੁਣ ਫਸਦੀ ਆ ਖਸੂਤੀ, ਹੁਣ ਤਰਲੇ ਮਾਰਦੀ ਆ। ਬਾਈ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਤਾਂ ਹੁੰਦਾ ਆ। ਹੁਣ ਜੇ ਏਡੀ ਸਿਆਣੀ ਹੁੰਦੀ, ਏਡੀ ਸੱਚੀ ਕੁੜੀ ਹੁੰਦੀ, ਉਹਦੇ ਮਨ ਚ ਹੁੰਦਾ ਯਾਰ 25-30 ਲੱਖ ਲਾ ਕੇ ਮੈਨੂੰ ਉਹਨਾਂ ਨੇ, ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਇੱਥੇ ਕੈਨੇਡਾ ਵਿਖਾਤਾ ਯਾਰ, ਹਨਾ, ਕਿੱਡੀ ਵੱਡੀ ਗੱਲ ਆ। ਵਿਚਾਰਿਆਂ ਨੇ ਕਿਵੇਂ ਪੈਸੇ ਇਕੱਠੇ ਕੀਤੇ, ਜੇ ਦੇਖਿਆ ਜਾਵੇ ਤਾਂ ਲਾਡੀ ਸੀਗਾ ਹਨਾ, ਲਾਡੀ ਦਾ ਮਾਂ ਪਿਓ ਕੁੜੀ ਦਾ ਕੁਛ ਦੇਣ ਆਏ ਸੀ ਵਿਚਾਰੇ, ਹਨਾ, ਆਪਦਾ ਪੁੱਤ ਵੀ ਗਵਾਲਿਆ, ਕੁੜੀ ਨੂੰ ਕੈਨੇਡਾ ਘੱਲਤਾ, ਉੱਥੇ ਐਂਸ਼ ਕਰਦੀ ਫਿਰਦੀ ਆ, ਇਹ ਵਿਚਾਰੇ ਰੋਈ ਜਾਂਦੇ ਆ, ਘਰ 'ਚ ਸੱਥਰ ਵਸ ਗਏ ਯਾਰ, ਅਤੇ ਉਹ ਉੱਥੇ ਲੱਛਣ ਕਰੀ ਜਾਂਦੀ ਆ, ਮਗਰ ਮਸਤੇ ਹੰਝੂ ਸਿੱਟੀ ਜਾਂਦੀ ਆ। ਕਹਿੰਦੀ ਮੈਨੂੰ ਤਾਂ ਜੀ ਬੜਾ ਰੋਣ, ਮੈਨੂੰ ਤਾਂ ਦੁੱਖ ਬੜਾ, ਜੇ ਤੈਨੂੰ ਇੰਨਾ ਹੀ ਦੁੱਖ ਹੁੰਦਾ ਤੂੰ ਇੰਡੀਆ ਕਿਉਂ ਨਹੀਂ ਆਈ? ਕਿਹੜੀ ਬੈਸੀ ਆ ਜਿਹੜੀ ਆਪਦੇ ਹਸਬੈਂਡ ਦੇ ਮਰੇ ਤੋਂ ਇੰਡੀਆ ਨਹੀਂ ਆਉਣ ਦਿੰਦੀ, ਦੱਸੋ। ਨਾਲੇ ਹੁਣ ਕਿਹੜਾ ਲੋਕਡਾਊਨ ਤਾਂ ਪਹਿਲਾਂ ਸੀਗਾ, ਉਦੋਂ ਲੋਕਡਾਊਨ ਦੇ ਵਿੱਚ ਵੀ ਬੰਦੇ ਐਮਰਜੈਂਸੀ ਦੇ ਵਿੱਚ ਆਏ ਆ, ਪਰ ਬਹਾਨਾ ਤਾਂ ਬਾਈ ਜੀ ਬਹਾਨਾ, ਕੁਛ ਮਰਜ਼ੀ ਮਾਰੀ ਚੱਲੋ। ਹੁਣ ਇਹੋ ਹੀ ਗੱਲ ਕਹਿੰਦਾ ਕਿ ਬਾਈ ਜੀ ਸਪੋਰਟ ਕਰੋ ਲਾਡੀ ਦੀ, ਵੱਧ ਤੋਂ ਵੱਧ ਸਪੋਰਟ ਕਰੋ। ਮੰਨ ਕੇ ਚੱਲੋ ਜੇ ਇਕੱਲਾ ਲਾਡੀ ਗਲਤ ਹੁੰਦਾ ਹਨਾ, ਹੁਣ ਕਿੰਨੇ ਕੇਸ ਨਵੇਂ ਖੁੱਲੇ ਆ, ਦੱਸੋ ਫਿਰ ਉਹ ਵੀ ਗਲਤ ਆ। ਕਿੰਨੇ ਲੋਕ ਮੁੰਡੇ 30,000 ਤੋਂ ਉੱਤੇ ਕੇਸ ਨਵਾਂ ਆ ਗਿਆ, ਉਹ ਵੀ ਸਾਰੇ ਗਲਤ ਆ, ਫੇਕ ਦੱਸੋ ਕਿੰਨੀਆਂ ਕੁੜੀਆਂ ਦੇ, ਕਿੰਨੇ ਮੁੰਡੇ। ਇਸ ਕਰਕੇ ਬਾਈ ਜੀ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਆ, ਡਿਪੋਰਟ ਕਰਾਓ ਵੱਧ ਤੋਂ ਵੱਧ ਆਪਦੀਆਂ ਜਿੰਨੀਆਂ ਵੀ ਤੁਹਾਡੀਆਂ ਮਤਲਬ ਇੰਸਟਾਗ੍ਰਾਮ ਆਈਡੀ ਆ, ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਆਈਡੀ ਆ, ਟਵਿੱਟਰ 'ਤੇ ਆ, ਫੇਸਬੁੱਕ ਅਕਾਊਂਟ ਆ, ਕੋਈ ਵੀ ਆ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਹਨਾ, ਵੱਧ ਤੋਂ ਵੱਧ ਆਪਦੇ ਲੋਕ ਬਣਾ ਕੇ ਭੇਜੋ ਹਨਾ, ਹਰ ਇੱਕ ਬੰਦੇ ਤੱਕ ਵੀਡੀਓ ਭੇਜੋ ਯਾਰ। ਆਪਾਂ ਘਰੇ ਬੈਠੇ ਆਪਾਂ ਚਲੋ ਇੰਨਾ ਨਹੀਂ ਕਰ ਸਕਦੇ ਯਾਰ, ਘਰੇ ਬਹਿ ਕੇ ਤਾਂ ਇੰਨਾ ਕਰਦੇ ਹੋਣਾ, ਬਸ ਪਤਾ ਲੱਗੇ ਫੇਸਬੁੱਕ 'ਤੇ ਬਸ ਇੱਕੋ ਹੀ ਵੀਡੀਓ ਚੱਲ ਰਹੀ ਆ ਕਿ ਡਿਪੋਰਟ ਬੇਅੰਤ ਕੌਰ, ਡਿਪੋਰਟ ਬੇਅੰਤ ਕੌਰ, ਬਸ ਇੱਕੋ ਹੀ ਰੱਖੋ ਬਸ। ਕਿਉਂਕਿ ਬਾਈ ਜੀ ਕੱਲ੍ਹ ਨੂੰ ਚਲੋ ਅੱਜ ਲਾਡੀ ਨਾਲ ਇਹ ਹਾਲ ਹੋਇਆ, ਕੱਲ੍ਹ ਨੂੰ ਆਪਣੇ ਪਰਿਵਾਰਾਂ 'ਚ ਵੀ ਹੋ ਸਕਦਾ, ਇਹ ਨਾ ਆਖੋ ਵੀ ਆ ਸਾਡਾ ਲਾਡੀ ਕੀ ਲੱਗਦਾ ਸੀ, ਕੱਲ੍ਹ ਨੂੰ ਸਾਡੇ ਪਰਿਵਾਰਾਂ 'ਚ ਹੋ ਸਕਦਾ, ਤੁਹਾਡੇ ਪਰਿਵਾਰਾਂ 'ਚ ਹੋ ਸਕਦਾ, ਤੁਹਾਡੀ ਭੈਣ ਨਾਲ ਹੋ ਸਕਦਾ, ਮੇਰੀ ਭੈਣ ਨਾਲ ਹੋ ਸਕਦਾ, ਮੇਰੇ ਭਰਾ ਨਾਲ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਇਸ ਕਰਕੇ ਬਾਈ ਜੀ ਇੱਕੋ ਹੀ ਬਸ ਹੁਣ ਟੀਚਾ ਜਿਹੜਾ ਰੱਖੋ ਹੋਣਾ, ਕਿਉਂਕਿ ਸਪੋਰਟ ਕਾਫੀ ਹੁਣ ਤਿਆਰ ਆ। ਮਨੀਸ਼ਾ ਜਿਹੜੀ ਗੁਲਾਟੀ ਸੀ ਉਹ ਵੀ ਉਹਨਾਂ ਦੇ ਘਰੇ ਜਾ ਕੇ, ਬਹੁਤ ਵਧੀਆ ਗੱਲ ਆ ਨਾ ਵੀ ਜਿਹੜੇ ਲੀਡਰ ਆ ਰਹੇ ਆ ਯਾਰ, ਇਹੋ ਹੀ ਗੱਲ ਮੁੱਦਾ ਉਠਾਓ ਉਹਨਾਂ ਅੱਗੇ ਵੀ ਜਿਹੜਾ ਡਿਪੋਰਟ ਕੀਤਾ ਜਾਵੇ ਉਹਨੂੰ, ਉੱਥੋਂ ਬੇਅੰਤ ਕੌਰ ਨੂੰ, ਫੇਰ ਹੀ ਪਤਾ ਲੱਗੇ ਉਹਨੂੰ ਵੀ ਹਾਂ ਕਿਸੇ ਦੀ ਜਿਹੜੀ ਜਾਨ ਆ ਨਾ, ਜਾਨ ਦੀ ਕੀਮਤ ਪਤਾ ਲੱਗੇ, ਹੁਣ ਜਾਨ ਦੀ ਕੀਮਤ ਦੇ ਰਹੀ ਆ ਵੀ ਚੱਕੋ ਮੇਰੇ ਤੋਂ 30 ਲੱਖ ਰੁਪਇਆ ਅਤੇ ਮੈਂ ਇੰਡੀਆ ਨਹੀਂ ਆਉਣਾ, ਉਹਨੂੰ ਪਤਾ ਲੱਗੇ ਇੰਡੀਆ ਆ ਕੇ, ਨਾ ਘਰ ਦੀ ਹੋਵੇ ਨਾ ਘਾਟ ਦੀ, ਨਾ ਸਹੁਰੇ ਰੱਖਣ ਨਾ ਪੇਕੇ ਰੱਖਣ, ਫੇਰ ਪਤਾ ਲੱਗੂਗਾ ਉਹਨੂੰ ਕਿ ਕੀ ਸੀਗਾ। ਸੱਚੇ ਪਿਆਰ ਦੀ ਕੀਮਤ ਨਹੀਂ ਹੁੰਦੀ, ਸੱਚੇ ਪਿਆਰ ਨੂੰ ਕੋਈ ਮਤਲਬ ਉਹ ਨਹੀਂ ਕਰਦਾ ਹਨਾ। ਵਿਚਾਰੇ ਨੇ ਕਿੰਨੇ ਮੈਸੇਜ ਕੀਤੇ ਮੇਰੇ ਨਾਲ, ਗੱਲ ਕਰ ਲਾ, ਮੈਂ ਸਾਰੇ ਮੇਰੇ ਕੋਲ ਮੈਸੇਜ ਆਏ ਆ, ਗੱਲ ਕਰ ਲਾ ਹਨਾ, ਉਹ ਨਾ ਕੋਈ ਫਿਕਰ ਹੀ ਨਹੀਂ ਉਹਨੂੰ, ਵਿਚਾਰਾ ਲੈਣ ਲਾ ਆਉਂਦਾ ਮੈਸੇਜਾਂ ਦੀ, ਅੱਗੋਂ ਹੈਲੋ ਹਮ ਤੱਕ ਨਹੀਂ ਆਉਂਦੀ ਸੀਗੀ, ਕਿਉਂ ਨਹੀਂ ਆਉਂਦੀ? ਕਿਉਂਕਿ ਉਹਨੂੰ ਕੀ ਲੋੜ ਸੀਗੀ? ਪੈਸੇ ਲੱਗ ਗਏ, ਬਾਹਰ ਚਲੀ ਗਈ ਸੀ, ਉਹਨੂੰ ਉੱਥੇ ਹੋਰ ਲੱਭ ਲਿਆ, ਨਹੀਂ ਪਸੰਦ ਸੀ ਕਿ ਐਡੀ ਗੱਲ ਸੀ ਹਨਾ। ਜੇ ਤੂੰ ਉਹ ਵਿਚਾਰਾ ਇਹ ਵੀ ਕਹਿੰਦਾ ਰਿਹਾ, ਮੈਂ ਵੀ ਮੇਰੇ ਕੋਲ ਉਹ ਵੀ ਮੈਸੇਜ ਆਏ ਆ, ਇਹ ਵੀ ਕਹਿੰਦਾ ਰਿਹਾ ਵਿਚਾਰਾ ਕਿ ਮੈਨੂੰ ਇੱਕ ਵਾਰੀ ਸੱਦ ਲਾ, ਮੈਨੂੰ ਇੱਕ ਵਾਰੀ ਸੱਦ ਲਾ, ਤੇਰੇ ਜੋ ਤੇਰੇ ਮਨ 'ਚ ਆਣਾ ਤੂੰ ਬਾਅਦ 'ਚ ਮਰਜ਼ੀ ਕਰ ਲਈ, ਮੈਨੂੰ ਇੱਕ ਵਾਰੀ ਸੱਦ ਲਾ, ਇੱਥੇ ਜਾ ਕੇ ਮੈਨੂੰ ਛੱਡ ਦੀ, ਕਿਉਂਕਿ ਮੈਨੂੰ ਤਾਨੇ ਵੱਜ ਰਹੇ ਆ, ਮਿਹਣੇ ਵੱਜ ਰਹੇ ਹਨਾ, ਪਾਸੇ ਲੋਕ ਯਾਰ ਛੱਡਦੇ, ਕਿੱਥੇ ਛੱਡਦੇ? ਲੋਕ ਵਾਂਢੀ ਛੱਡਦੇ ਆ, ਪਿੰਡ ਵਾਲੇ ਛੱਡਦੇ ਹੁੰਦੇ ਆ, ਜਾਂ ਸ਼ਹਿਰ ਵਾਲੇ ਛੱਡਦੇ ਹੁੰਦੇ ਆ, ਹਾਂ ਵੀ ਤਾਨੇ ਮਾਰਦੇ ਸੀ, ਮਿਹਣੇ ਮਾਰਦੇ, ਤੈਨੂੰ ਸੱਦਣਾ ਹੀ ਨਹੀਂ ਉਹਨੇ, ਤੈਨੂੰ ਕਿੱਥੇ ਸੱਦਣਾ ਉਹਨੇ, ਹੁਣ ਨਹੀਂ ਤੈਨੂੰ ਸਾਦੀ, ਉਹ ਯੇ ਵੋ, ਬੰਦੇ ਦਾ ਬੰਦਾ ਡਿਪਰੈਸ਼ਨ ਦੇ ਵਿੱਚ ਆਟੋਮੈਟਿਕਲੀ ਚਲਿਆ ਜਾਂਦਾ, ਆਟੋਮੈਟਿਕਲੀ ਚਲਿਆ ਜਾਂਦਾ, ਗਲਤ ਗੱਲਾਂ ਸੋਚ ਸੋਚ ਕੇ ਉੱਤੇ ਵਿਚਾਰੇ ਨੂੰ ਇਹ ਪਤਾ ਲੱਗ ਗਿਆ ਵੀ ਉਹਦਾ ਕਦੇ ਫੇਅਰ ਚੱਲਦਾ। ਬਹੁਤ ਮਾੜੀ ਗੱਲ ਆ, ਸੱਚੀ ਗੱਲ ਕੁਲਦੀਪ ਮਾਨਕ ਦੇ ਗਾਣੇ ਦੇ ਕਹਿਣ ਵਾਂਗੂ, ਮਿੱਤਰਾਂ ਨੂੰ ਧੋਖਾ ਦੇਣੀ ਹੈ, ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਇਹ ਸਹੀ ਗੱਲਾਂ। ਜਦੋਂ ਤੁਸੀਂ ਕਿਸੇ ਨੂੰ ਧੋਖਾ ਦਿੰਦੇ ਆ ਨਾ, ਆਪਾਂ ਕਹਿੰਦੇ ਹਾਂ ਸਾਨੂੰ ਕੌਣ ਦੇਖਦਾ, ਪਰ ਰੱਬ ਦੇਖਦਾ, ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ, ਵੱਜਦੀ ਬਹੁਤ ਜ਼ੋਰ ਨਾਲ। ਇਸ ਕਰਕੇ ਬਾਈ ਜੀ ਸਪੋਰਟ ਕਰੋ ਵੱਧ ਤੋਂ ਵੱਧ ਲਾਡੀ ਦੀ ਹਨਾ ਯਾਰ, ਜਿੰਨੀ ਵੀ ਹੋ ਸਕਦੀ ਉਹਨਾਂ ਦੇ ਪਰਿਵਾਰ ਦੀ ਸਪੋਰਟ ਕਰੋ, ਕਿਉਂਕਿ ਉਹਨਾਂ ਕੋਲੇ ਖੋਣ ਨੂੰ ਕੁਛ ਰਹਿ ਨਹੀਂ ਗਿਆ ਹੁਣ, ਠੀਕ ਆ ਨਾ। ਹੁਣ ਕਈ ਤਾਂ ਐਂ ਕਹੀ ਜਾਂਦੇ ਆ ਕਿ ਯਾਰ ਮੈਸੇਜ ਦੇਖਿਆ ਮੈਂ, ਯਾਰ ਹੁਣ ਮੁੰਡਾ ਤਾਂ ਮਾਰੀ ਗਿਆ, ਹੁਣ ਕੁੜੀ ਦੀ ਜ਼ਿੰਦਗੀ ਕਿਉਂ ਬਰਬਾਦ ਕਰਦੇ ਆ? ਲੈ ਦੱਸੋ ਇਹ ਗੱਲਾਂ ਯਾਰ, ਕੁੜੀ ਹਾਂ ਕੱਲ੍ਹ ਨੂੰ ਹੋਰਾਂ ਦੀ ਚਾਰਾਂ ਦੀ ਬਰਬਾਦ ਕਰੂਗੀ, ਉਹਨੂੰ ਫੇਰ ਪਤਾ ਲੱਗੂਗਾ? ਇਹ ਨਾ ਗੱਲ ਸੋਚੋ ਯਾਰ, ਇਹ ਗੱਲ ਸੋਚੋ ਯਾਰ, ਮੁੰਡਾ ਮਾਰ
ਵਿਚਾਰੇ ਦਾ ਇਹੋ ਕਸੂਰ ਸੀ ਨਾ ਉਹਨਾਂ ਦੇ ਘਰਦਿਆਂ ਨੇ ਪੈਸੇ ਲਾਏ ਹੈ ਨਾ ਉਹਨੂੰ ਬਾਹਰ ਭੇਜਿਆ ਸਿਰਫ ਇੰਨਾ ਕਸੂਰ ਸੀ ਨਾ ਵਿਚਾਰਿਆਂ ਨੇ ਹੱਕ ਦੀ ਕਮਾਈ ਸੱਚ ਦੀ ਕਮਾਈ ਕੀਤੀ ਮੈਨੂੰ ਖੰਨੇ ਤੋਂ ਫੋਨ ਆਇਆ ਇੱਕ ਵੀਰ ਦਾ ਕਹਿੰਦਾ ਵੀਰੇ ਮੇਰੇ ਨਾਲ ਵੀ ਸੇਮ ਆਏ ਹੋਇਆ ਮੈਂ ਕਿਹਾ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕਿਹਾ ਬਾਈ ਇੱਕ ਗਲਤ ਸਟੈਪ ਨਾ ਚੱਕੀ ਕਹਿੰਦਾ ਯਾਰ ਮੇਰਾ ਸਲੂਨ ਦਾ ਕੰਮ ਆ ਡੈਡੀ ਮੇਰਾ ਰੇਹੜੀ ਲਾਉਂਦਾ ਸਬਜ਼ੀ ਦੀ ਅਸੀਂ ਪੈਸੇ ਫੜ ਫੁੜ ਕੇ ਲੋਕਾਂ ਤੋਂ ਘਰ ਦੀ ਨੂੰ ਬਾਹਰ ਘੱਲਿਆ ਸੀ ਆਪਦੀ ਨੂੰ ਉੱਥੇ ਜਾ ਕੇ ਬਦਲ ਗਈ ਮੈਂ ਕਿਹਾ ਵੀਰੇ ਕੁਛ ਨਹੀਂ ਰੱਬ ਸਭ ਕੁਝ ਦੇਖਦਾ ਹੌਲੀ ਹੌਲੀ ਹੱਲ ਹੋ ਜੂਗਾ ਪਰ ਸਟੈਪ ਗਲਤ ਨਾ ਚੱਕੀ ਤਾਂ ਵੀਰੇ ਇਹ ਕੰਮ ਨਹੀਂ ਕਰਦਾ ਇਸ ਕਰਕੇ ਬਾਈ ਜੀ ਉਹਨਾਂ ਵੀਰਾਂ ਨੂੰ ਯਾਰ ਭਰਾਵਾਂ ਨੂੰ ਕਹਿੰਦੇ ਹਾਂ ਕਿ ਵੀਰੇ ਗਲਤ ਸਟੈਪ ਨਾ ਚੱਕੋ ਜਿਵੇਂ ਮੰਨਦਾ ਬਹੁਤ ਔਖਾ ਹੋ ਜਾਂਦਾ ਜ਼ਿੰਦਗੀ 'ਚ ਜਿਉਣਾ ਬਹੁਤ ਔਖਾ ਹੋ ਜਾਂਦਾ ਲੋਕ ਨਹੀਂ ਜਿਉਣ ਦਿੰਦੇ ਪਰ ਬਾਈ ਮੇਰੇ ਆਪਦੇ ਮਾਂ ਆਪਦੀ ਮਾਂ ਲਈ ਆਪਦੇ ਪਿਓ ਲਈ ਸੋਚੋ ਯਾਰ ਇਕੱਲਾ ਇਕੱਲਾ ਹਨਾ ਪੁੱਤ ਚਲਿਆ ਗਿਆ ਉਹ ਵਿਚਾਰੇ ਹੁਣ ਬਾਅਦ 'ਚ ਐਂ ਰੋਈ ਜਾਂਦੇ ਆ ਕਹਿੰਦੇ ਸਾਨੂੰ ਦੱਸ ਦਿੰਦਾ ਤੂੰ ਕਿਉਂ ਸਟੈਪ ਚੱਕ ਲਿਆ ਇਹੋ ਜਿਹਾ ਹਨਾ ਉੱਤੋਂ ਹੋਰ ਗੱਲਾਂ ਲੋਕ ਦੱਸਦੇ ਆ ਉਹ ਦੱਸੀ ਜਾਂਦੀ ਆ ਉਹਦਾ ਚਿੱਟੇ ਨਾਲ ਮਰ ਗਿਆ ਉਹਦਾ ਟੀਕਾ ਲਾ ਗਿਆ ਉਹਦਾ ਤਾਂ ਐਂ ਹੋ ਗਿਆ ਪਰਵਾਹ ਹੀ ਕੋਈ ਨਹੀਂ ਯਾਰ ਆਪਦਾ ਹਸਬੈਂਡ ਹੁੰਦਾ ਇੰਨੀ ਕੁ ਫਿਕਰ ਹੁੰਦੀ ਆ ਵਾਈਫ ਨੂੰ ਇੰਨੀ ਕੇਅਰ ਹੁੰਦੀ ਆ ਕਿ ਮੈਂ ਇਹਦੇ ਲੜ ਲੱਗ ਗਈ ਹਾਂ ਹਨਾ ਮੈਂ ਮਤਲਬ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਉੱਥੇ ਫੇਰੇ ਲਏ ਆ ਮੈਂ ਮਜ਼ਾਕ ਬਣਾਤਾ ਯਾਰ ਜਮਾਂ ਮਜ਼ਾਕ ਬਣਾਤਾ ਆਈਲੈਟਸ ਨੇ ਉਹ ਲੋਕਾਂ ਨੂੰ ਬਸ ਵਿਹੜਾ ਹੀ ਕਰਤਾ ਜਮਾਂ ਵੀ ਆ ਪੰਜਾਬ ਦਾ ਆਈਲੈਟਸ ਨੇ ਹੁਣ ਕਈ ਕਹਿੰਦੇ ਆ ਬਾਈ ਆਈਲੈਟਸ ਦੀ ਲੋੜ ਨਹੀਂ ਸੀ ਕੁੜੀ ਲੈਣ ਦੀ 25 ਲੱਖ ਲਾਉਂਦਾ 30 ਲੱਖ ਇੱਥੇ ਲਾਉਂਦਾ ਯਾਰ ਕਿੱਥੇ ਇੱਥੇ ਚੱਲਣ ਦੇ ਕਾਰੋਬਾਰ ਜਿਵੇਂ ਲੋਕ ਚੱਲੀ ਜਾਂਦੇ ਉਵੇਂ ਫਿਰ ਚੱਲਣਾ ਪੈਂਦਾ ਦੁਨੀਆਂ ਦੇ ਨਾਲ ਲੋਕ ਉਵੇਂ ਤੁਰੇ ਜਾਂਦੇ ਆ ਹਨਾ ਪਰ ਇਹ ਕੁੜੀਆਂ ਲਈ ਇਹ ਕੁੜੀਆਂ ਲਈ ਨਾ ਕਹਿੰਦਾ ਮੁੰਡਿਆਂ ਲਈ ਵੀ ਖਾਸ ਕਰਕੇ ਬੇਅੰਤ ਕੌਰ ਲਈ ਬਹੁਤ ਜ਼ਿਆਦਾ ਮਾੜੀ ਗੱਲ ਆ ਹਨਾ ਜਿਹਨੇ ਇਹ ਕੰਮ ਕੀਤਾ ਤੂੰ ਜਿੱਥੇ ਵੀ ਬੈਠੀ ਆ ਤੂੰ ਵੀਡੀਓ ਦੇਖਦੀ ਆ ਤੈਨੂੰ ਪਤਾ ਹੀ ਆ ਕੀ ਹਾਲ ਹੋਈ ਜਾਂਦਾ ਜਿੰਨੀ ਮਰਜ਼ੀ ਸੱਚੀ ਬਣ ਜਾ ਜੇ ਤੂੰ ਐਡੀ ਸੱਚੀ ਹੁੰਦੀ ਨਾ ਤੂੰ 35 ਲੱਖ ਰੁਪਇਆ ਨਾ ਦਿੰਦੀ ਹੁਣ ਸਿੱਧੀ ਇੰਡੀਆ ਆ ਜਾਂਦੀ ਤੂੰ ਇੰਡੀਆ ਆ ਜਾਂਦੀ ਤੂੰ ਕਹਿੰਦੀ ਹਾਂ ਸੰਸਕਾਰ ਕਰਨਾ ਤੇ ਮੈਂ ਆਪੇ ਆ ਕੇ ਸੰਸਕਾਰ ਕਰਾਂਗੀ ਮੈਂ ਮੂੰਹ ਵੇਖਣਾ ਆਪਦੇ ਹਸਬੈਂਡ ਦਾ ਪਰ ਤੈਨੂੰ ਕੋਈ ਫਿਕਰ ਨਹੀਂ ਸੀ ਤੈਨੂੰ ਕੋਈ ਫਿਕਰ ਨਹੀਂ ਬਰੋ ਉਹ ਤਾਂ ਇੱਕ ਹੋਰ ਮੁੰਡੇ ਨਾਲ ਘੁੰਮ ਰਹੀ ਆ ਸਿੰਘ ਕਰਦੇ ਹਾਂਜੀ ਬਾਈ ਜੀ ਉਹੀ ਹਾਲ ਆ ਕੋਈ ਨਹੀਂ ਵੀਰੇ ਤੁਹਾਡੇ ਸਾਹਮਣੇ ਆਊਗਾ ਸੱਚ ਇੱਥੇ ਹੀ ਆ ਪਹਿਲੀ ਗੱਲ ਤਾਂ 101% ਡਿਪੋਰਟ ਹੋਊਗੀ ਜੇ ਡਿਪੋਰਟ ਨਾ ਹੋਈ ਰੱਬ ਦੇਖਦਾ ਕਿਉਂਕਿ ਲਾਡੀ ਚਲਿਆ ਗਿਆ ਠੀਕ ਆ ਨਾ ਘਰ ਹੋ ਗਿਆ ਸੁਣਨਾ ਉਹਨਾਂ ਦਾ ਚਲੋ ਚੰਗੀ ਆ ਮਾੜੀ ਆ ਜ਼ਿੰਦਗੀ ਕੱਢ ਲੈਣਗੇ ਔਖੀ ਸੌਖੀ ਪਰ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਸਾਰੀ ਜ਼ਿੰਦਗੀ ਕੁੜੀ ਔਖ ਸੌਖਣੇ ਪਾਊਗੀ ਸਾਰੀ ਜ਼ਿੰਦਗੀ ਪਲ ਪਲ ਰੋਊਗੀ ਕਿਉਂਕਿ ਜਿਹੜਾ ਮਾੜਾ ਕਿਸੇ ਨਾਲ ਕਰਦੇ ਆ ਨਾ ਉਹਦਾ ਮਾੜਾ ਬਾਈ ਜੀ ਉਹਦਾ ਰਿਜ਼ਲਟ ਨਿਕਲਦਾ ਹੀ ਨਿਕਲਦਾ ਹੁੰਦਾ ਮੈਂ ਕਿਉਂ ਲਾਈਵ ਹੋਇਆ ਕਿਉਂਕਿ ਹਨਾ ਆਪਣੇ ਲੋਕ ਜੁੜੇ ਆ ਚੱਲ ਠੀਕ ਆ ਪਰਿਵਾਰ ਫੇਸਬੁੱਕ 'ਤੇ ਜੁੜਿਆ ਹਨਾ ਲੋਕ ਗੱਲਾਂ ਬਾਤਾਂ ਕਰਦੇ ਆ ਵੀਡੀਓ ਨੂੰ ਸੁਣਾਉਂਦੇ ਆ ਯਾਰ ਜੇ ਆਪਾਂ ਇਹੋ ਜਿਹੇ ਮੁੱਦੇ ਨਹੀਂ ਨਾ ਚੱਕ ਸਕਦੇ ਫਿਰ ਆਪਾਂ ਨੂੰ ਯਾਰ ਲੋੜ ਹੀ ਨਹੀਂ ਹਨਾ ਆਈਡੀਆਂ ਬਣਾਉਣ ਦੀ ਫੇਸਬੁੱਕ 'ਤੇ ਪੇਜ ਬਣਾਉਣ ਦੀ ਹਨਾ ਮੈਂ ਕੋਈ ਮਤਲਬ ਉਹ ਨਹੀਂ ਚਾਹੁੰਦਾ ਫੋਲੋਵਰ ਬਣ ਕੋਈ ਲਾਈਕ ਨਾ ਹੋਣ ਮੈਨੂੰ ਕੋਈ ਪਰਵਾਹ ਨਹੀਂ ਹਨਾ ਆਪਾਂ ਯਾਰ ਜਿਹੜਾ ਬੰਦਾ ਸੱਚ ਲਈ ਨਹੀਂ ਨਾ ਬੋਲ ਸਕਦਾ ਉਹ ਬੰਦਾ ਫਿਰ ਕਿਸੇ ਕੰਮ ਦਾ ਨਹੀਂਗਾ ਸੱਚੀ ਗੱਲ ਆ ਜਿਹੜਾ ਬੰਦਾ ਸੱਚ ਲਈ ਨਾ ਬੋਲ ਸਕਦਾ ਉਹ ਬੰਦਾ ਕਿਸੇ ਕੰਮ ਦਾ ਨਹੀਂਗਾ ਇਸ ਕਰਕੇ ਬਾਈ ਜੀ ਜਿੰਨਾ ਵੀ ਹੋ ਸਕਦਾ ਹਨਾ ਆਪਦੀਆਂ ਆਈਡੀਆਂ ਤੋਂ ਯਾਰ ਫੇਸਬੁੱਕ ਪੇਜਾਂ ਤੋਂ ਜਿੱਥੇ ਵੀ ਹੋ ਸਕਦਾ ਵੱਧ ਤੋਂ ਵੱਧ ਬਈ ਸਪੋਰਟ ਕਰੋ ਕਿਉਂਕਿ ਯਾਰ ਜਿਹੜਾ ਲਾਡੀ ਦਾ ਪਰਿਵਾਰ ਆ ਹਨਾ ਵਿਚਾਰੇ ਵੀ ਬਾਹਲੇ ਤਾਂ ਹੈ ਨਹੀਂ ਤਕੜੇ ਵਿਚਾਰੇ ਜਿਹੜੇ ਹਨਾ ਉੱਥੋਂ ਜਾ ਕੇ ਕਨੇਡਾ ਤੋਂ ਲਏ ਉਹਨਾਂ ਨੂੰ ਫੜ ਕੇ ਵੀ ਤੁਹਾਡੇ ਨਾਲ ਚੰਗਾ ਕੀਤਾ ਜਾਂ ਮਾੜਾ ਕੀਤਾ ਹਨਾ ਵੀ ਆਪਣੇ ਵਰਗੇ ਲੋਕਾਂ ਨੂੰ ਹੁਣ ਹੱਕ ਬਣਦਾ ਆ ਨਾ ਸਪੋਰਟ ਕਰੀਏ ਉਹਨਾਂ ਦੀ ਵੱਧ ਤੋਂ ਵੱਧ ਅੱਗੇ ਆਈਏ ਜੇ ਆਪਾਂ ਅੱਗੇ ਆਵਾਂਗੇ ਹਨਾ ਹੋਰ ਲੋਕ ਆਉਣਗੇ ਵੀ ਹਾਂ ਅੱਜ ਸੁੱਖ ਬੋਲਿਆ ਕੱਲ੍ਹ ਨੂੰ ਮੈਂ ਵੀ ਬੋਲਾਂ ਯਾਰ ਵੱਧ ਤੋਂ ਵੱਧ ਬੋਲੋ ਯਾਰ ਜਿੰਨਾ ਵੀ ਹੋ ਸਕਦਾ ਕਰੋ ਯਾਰ ਜਿਹੜੇ ਲੋਕ ਨਾ ਹੁਣ ਵਿੱਚ ਦੂਜੇ ਪਾਸੇ ਵੀ ਤੁਰੇ ਜਾਂਦੇ ਯਾਰ ਹਾਂ ਵੀ ਕੁੜੀ ਵੀ ਚੰਗੀ ਸੀ ਯਾਰ ਮੁੰਡਾ ਐਂ ਮਰ ਗਿਆ ਮੁੰਡਾ ਗਲਤ ਯਾਰ ਗੱਲ ਸੁਣੋ ਮਰਨਾ ਬਹੁਤ ਔਖਾ ਹੁੰਦਾ ਬਾਈ ਜੀ ਹੱਥ 'ਤੇ ਮਾੜੀ ਜੀ ਸੱਟ ਵੀ ਵੱਜਦੇ ਨਾ ਤੇ ਬੁਰਾ ਹਾਲ ਹੋ ਜਾਂਦਾ ਤੇ ਮਰਨ ਵੇਲੇ ਬੰਦਾ 100 ਵਾਰੀ ਸੋਚਦਾ ਮਰਾਂਗੇ ਜਮਾਂ ਮਰਾਂਗੇ ਨਵਾਂ ਜਮਾਂ ਸਿਰੇ ਦੇ ਜਾ ਕੇ ਮਰਦਾ ਬੰਦਾ ਜਮਾਂ ਸਿਰੇ ਤੇ ਜਾ ਕੇ ਜਦੋਂ ਪਤਾ ਲੱਗ ਜਾਂਦਾ ਹੁਣ ਪਾਣੀ ਸਿਰ ਤੋਂ ਲੰਘ ਗਿਆ ਗੁਰਪ੍ਰਿਆ ਸਿੰਘ ਬਹੁਤ ਮਾੜਾ ਬਾਈ ਮਾੜੇ ਵਰਗਾ ਮਾੜਾ ਕੀਤਾ ਬਹੁਤ ਜ਼ਿਆਦਾ ਮਾੜਾ ਕੀਤਾ ਯਾਰ ਇਹੋ ਜਿਹੀਆਂ ਕੁੜੀਆਂ ਸੱਚੀ ਗੱਲਾਂ ਯਾਰ ਇਹੋ ਜਿਹੀਆਂ ਕੁੜੀਆਂ ਦਾ ਖਾਨਦਾਨ ਵੀ ਉਹੋ ਜਿਹਾ ਹੀ ਹੁੰਦਾ ਹਨਾ ਉਹਨਾਂ ਨੂੰ ਸਮਝਾਇਆ ਨਹੀਂ ਗਿਆ ਹੁੰਦਾ ਸੱਚੀ ਗੱਲ ਇਹ ਮਤਲਬ ਮਿਲੀ ਭੁਗਤ ਕਹਿ ਸਕਦੇ ਇਹਨੂੰ ਕਿਉਂਕਿ ਮਾਂ ਪਿਓ ਕੰਮ ਗੱਲ ਕਰਦਾ ਹੁੰਦਾ ਕੁੜੀ ਨਾਲ ਨਾ ਤੂੰ ਐਂ ਕਹਿੰਦਾ ਵੀ ਭਾਈ ਵੀ ਤੇਰਾ ਸਾਰਾ ਕੁਛ ਉਹੀ ਆ ਤੇ ਤੂੰ ਉਹਦਾ ਬਣ ਕੇ ਰਹਿਣਾ ਹੁਣ ਸਾਡੇ ਵੱਲੋਂ ਤੂੰ ਮਤਲਬ ਕੱਟ ਆਫ ਆ ਠੀਕ ਆ ਨਾ ਪਰਿਵਾਰ ਨੂੰ ਚਾਹੀਦਾ ਇਹ ਆਪਦੇ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਵੀ ਹਾਂ ਤੇਰੀ ਵਾਈਫ ਸਾਰਾ ਕੁਛ ਆ ਜਾਂ ਮਤਲਬ ਕੁੜੀ ਨੂੰ ਵੀ ਤੇਰਾ ਸਰੀਰ ਸਾਰਾ ਤੇਰਾ ਹਸਬੈਂਡ ਸਾਰਾ ਕੁਛ ਅਗਲਿਆਂ ਨੇ ਵਿਚਾਰਿਆਂ ਨੇ ਘਰ ਖਵਾ ਕੇ ਆਪਦਾ ਖਵਾਉਣ ਵਾਲੀ ਗੱਲ ਹੀ ਆ 25-30 ਲੱਖ ਕੋਈ ਛੇਤੀ ਨਹੀਂ ਬਣ ਜਾਂਦਾ ਘਰ ਖਵਾ ਕੇ ਮਗਰ ਫੀਸਾਂ ਭੇਜੀਆਂ ਤੇ ਉੱਥੇ ਜਾ ਕੇ ਉਹ ਰੰਗ ਰਲੀਆਂ ਮਨਾਉਂਦੀ ਫਿਰਦੀ ਕਿਤੇ ਹੋਰ ਹੀ ਬੰਦਿਆਂ ਨਾਲ ਬਹੁਤ ਮਾੜੀਆਂ ਗੱਲਾਂ ਬਾਈ ਜੀ ਮਰਨਾ ਕਦੇ ਸੌਖਾ ਨਹੀਂ ਹੁੰਦਾ ਪਤਾ ਹੀ ਤੁਹਾਨੂੰ ਸਾਰਿਆਂ ਨੇ ਸਰਬਜੀਤ ਸਿੰਘ ਦਾ ਕੀ ਹੋਣਾ ਚਾਹੀਦਾ ਡਿਪੋਰਟ ਹੋਣੀ ਚਾਹੀਦੀ ਬਾਈ ਜੀ ਕੁੜੀ ਉੱਥੋਂ ਡਿਪੋਰਟ ਹੋਣੀ ਚਾਹੀਦੀ ਆ
इंडिया सिटो लिया के उन्हें फिर पता लगे भी हाँ भी मैं चकना था गोवा कूड़ा सी ते मैनू उन्होंने लाडी दे परिवार ने जाके कनेडा चबाता गोरिया चबाता मैनू वड्डियां वड्डियां कारां दे झूटे लेंदे आ जे भाई थोड़े ब्रदर नाल इदां होवे तां पता लगे भाई गल तां इहो ही आ भाई जे आ भाई ने लिखिया जे उहदे ब्रदर नाल इह गल होवे भाई जी होवेगी पक्की गल होगी जे किसी ओहदे नाल ओहदी भैण नाल ओहदे भरा नाल इहो गल होगी जे उहने किसी नाल कीता ना होना जरूर आ इह कलयुग दा दौर आ भाई जी हुंदा जरूर आ पर हुंदा लेट आ होऊगा जरूर पर होऊगा लेट सो भाई जी सपोर्ट वध तों वध जिन्नी भी हो सकदी सपोर्ट करो यार लाडी परिवार की वध तों वध सपोर्ट करो है ना क्योंकि किसी का जी नहीं कहिंदा आउंदा है ना भी आ मतलब असीं नौं नूं आदि नूं बदनाम करिए है ना किसी का कोई जी नहीं करता हुंदा किसी का यह भी नहीं जी करता हुंदा भी असीं आपदा पुत मरा लईए है ना ते लोकां सामने सच्चे बन जाइए भाई जी पुत मराउणे बहुत औखे हुंदे आ बहुत जागदे सो भाई जी सपोर्ट करो संत सिंह बेअंत कौर वापस आ जाऊगी रिपोर्ट करो भाई हाँ जी भाई जी ਵੱਧ ਤੋਂ ਵੱਧ ਬਾਈ ਜੀ ਬਹੁਤ ਦੁੱਖ ਦੀ ਗੱਲ ਬਾਈ ਜੀ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਨਾ ਜਦੋਂ ਉਹਨਾਂ ਦੇ ਘਰ ਦੇ ਹਾਲਾਤ ਦੇਖੀਦੇ ਨਾ ਜਿਹੜੇ ਬੰਦੇ ਇੰਟਰਵਿਊ ਵੀ ਲੈਣ ਆਉਂਦੇ ਨੇ ਯਾਰ ਸੱਚੀ ਰੋਂਦੇ ਵੇਖਿਆ ਮੈਂ ਇੱਥੇ ਸੱਚੀ ਬਹੁਤ ਬਾਈ ਜੀ ਬਹੁਤ ਜ਼ਿਆਦਾ ਮਾੜੀ ਗੱਲ ਜਿਹੜੀ ਕੀਤੀ ਹੈ ਕੁੜੀ ਨੇ ਬਹੁਤ ਜ਼ਿਆਦਾ ਜਿਹੜੇ ਉੱਥੋਂ ਦੇ ਐਂਕਰਿੰਗ ਆਉਂਦੇ ਹੈ ਨਾ ਐਂਕਰਿੰਗ ਕਰਨ ਆਉਂਦੇ ਜਿਹੜੇ ਇੰਟਰਵਿਊ ਲੈਣ ਆਉਂਦੇ ਮੈਂ ਕੁੜੀਆਂ ਮੁੰਡੇ ਉੱਥੇ ਆਮ ਖੜ ਕੇ ਰੋਂਦੇ ਦੇਖੇ ਉਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਬਾਈ ਜੀ ਬਹੁਤ ਜ਼ਿਆਦਾ ਮਾੜੀ ਗੱਲ ਕੀਤੀ ਉਸ ਕੁੜੀ ਨੇ ਬਹੁਤ ਜ਼ਿਆਦਾ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰੋ ਯਾਰ ਰਿਪੋਰਟ ਕਰਾਓ ਉਹਨੂੰ ਕੁੜੀ ਨੂੰ ਫਿਰ ਪਤਾ ਲੱਗੇ ਕਿ ਕਿਸੇ ਨਾਲ ਧੋਖਾ ਕਰਨਾ ਕਿੱਡੀ ਵੱਡੀ ਗੱਲ ਆ ਬਹੁਤ ਮਾੜੀ ਗੱਲ ਆ ਬਾਈ ਜੀ ਬਹੁਤ ਜੀ ਦੁੱਖ ਦੀ ਗੱਲ ਆ ਚਮਕੌਰ ਸਿੰਘ ਖੋਸਾ ਰਿਪੋਰਟ ਹੋਣੀ ਚਾਹੀਦੀ ਹਾਂਜੀ ਬਾਈ ਸੋ ਬਾਈ ਜੀ ਸ਼ੇਅਰ ਕਰੋ ਵੀਡੀਓ ਚੱਲਦੇ ਚੱਲਦੇ ਯਾਰ ਵੱਧ ਤੋਂ ਵੱਧ ਜਿੰਨਾ ਵੀ ਪੇਜਾਂ 'ਤੇ ਹੈ ਨਾ ਜਿੰਨਾ ਵੀਰ ਦੇ ਪੇਜ ਬਣੇ ਆ ਜਾਂ ਕਿਸੇ ਤਰ੍ਹਾਂ ਤੁਹਾਡੇ ਆਈਡੀਆਂ ਬਣੀਆਂ ਹੈ ਨਾ ਅਕਾਊਂਟ ਬਣਿਆ ਯਾਰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਆਪਦੇ ਵੱਲੋਂ ਵੀਡੀਓ ਬਣਾ ਬਣਾ ਪਾਓ ਹੈ ਨਾ ਬੇਅੰਤ ਕੌਰ ਨੂੰ ਡਿਪੋਰਟ ਕੀਤਾ ਜਾਵੇ ਇਹਨੂੰ ਤਾਂ ਪਤਾ ਲੱਗੇ ਬਾਈ ਜੀ ਯਾਰ ਕੀ ਆ ਕਨੇਡਾ ਆਸਟ੍ਰੇਲੀਆ ਯਾਰ ਕੀ ਆ ਬਾਹਰਲੇ ਮੁਲਕ ਯਾਰ ਜਿੰਨਾ ਕਰਕੇ ਆਪਦੇ ਤੁਸੀਂ ਹਸਬੈਂਡ ਨੂੰ ਛੱਡ ਜਾਂਦੇ ਯਾਰ ਮੈਂ ਇਹ ਗੱਲ ਨਹੀਂ ਕਹਿੰਦਾ ਮੈਂ ਆਪ ਵੇਖਿਆ ਮੈਂ ਆਸਟ੍ਰੇਲੀਆ ਗਿਆ ਮੈਂ ਹੋਰ ਵੀ ਕੰਟਰੀਆਂ ਘੁੰਮੀ ਹਾਂ ਮੈਨੂੰ ਤਾਂ ਕੋਈ ਉੱਥੇ ਵੱਡੀ ਗੱਲ ਲੱਗੀ ਨਹੀਂ ਖਾਸ ਗੱਲ ਜਿੰਨਾ ਕਰਕੇ ਮਤਲਬ ਇਹ ਤੁਸੀਂ ਆਪਦੇ ਹਸਬੈਂਡ ਨੂੰ ਛੱਡ ਦਿਓ ਜਾਂ ਆਪਦੇ ਵਾਈਫ ਨੂੰ ਛੱਡ ਦਿਓ ਯਾਰ ਕੀ ਆ ਉੱਥੇ ਉਹ ਇਹੋ ਜਿਹੇ ਮੁਲਕ ਹੀ ਆ ਕਰਨੀਆਂ ਦਿਹਾੜੀਆਂ ਹੀ ਪੈਂਦੀਆਂ ਭਰਾਵੋ ਕੁਛ ਨਹੀਂ ਉੱਥੇ ਵੱਡੀਆਂ ਗੱਲਾਂ ਪਤਾ ਹੀ ਨਹੀਂ ਕਿਉਂ ਲੋਕ ਉੱਥੇ ਜਾ ਕੇ ਆਪਦੇ ਪੈਰ ਛੱਡ ਜਾਂਦੇ ਆਪਦਾ ਪਿਛੋਕੜ ਭੁੱਲ ਜਾਂਦੇ ਆ ਕਿਉਂ ਭੁੱਲ ਜਾਂਦੇ ਯਾਰ ਪਹਿਲਾਂ ਨਹੀਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਹੁਣ ਤਾਂ ਬਾਈ ਜੀ ਬੜਾ ਜ਼ਿਆਦਾ ਬੁਰਾ ਹਾਲ ਹੋ ਗਿਆ ਬਸ ਇਹ ਕੁੜੀ ਨੂੰ ਇਹਦੇ ਮਨ 'ਚ ਇਹੋ ਹੀ ਸੀਗਾ ਵੀ ਮੁੰਡਾ ਸੋਹਣਾ ਨੀਗਾ ਮੈਂ ਜਾ ਕੇ ਸੋਹਣਾ ਲੱਭੂੰਗੀ ਬਾਹਰ ਸੋਹਣਾ ਲੱਭ ਕੇ ਕੀ ਕਰ ਲਿਆ ਕਦਰ ਪੈਂਦੀ ਬਾਅਦ 'ਚ ਜਦੋਂ ਬੰਦਾ ਤੁਹਾਡੇ ਕੋਲੇ ਹੁੰਦਾ ਨਾ ਤੁਹਾਨੂੰ ਉਦੋਂ ਕਦਰ ਨਹੀਂ ਹੁੰਦੀ ਜਦੋਂ ਬੰਦਾ ਪਾਸੇ ਤੁਹਾਡੇ ਚਲਾ ਜਾਂਦਾ ਜਾਂ ਡੈਥ ਹੋ ਜਾਂਦੀ ਆ ਅੱਖਾਂ ਤੋਂ ਓਹਲੇ ਹੋ ਜਾਂਦਾ ਫਿਰ ਇਕੱਲੀ ਕਾਸ਼ ਰਹਿ ਜਾਂਦੀ ਜੇ ਰਹਿ ਜਾਂਦੀ ਆ ਅਤੇ ਉਹ ਤੇਰੇ ਕੋਲ ਰਹਿ ਗਈ ਇਕੱਲੀ ਤੇਰੇ ਕੋਲ ਜੇ ਰਹਿ ਗਈ ਜੇ ਮੈਂ ਉਹਨੂੰ ਸੱਦ ਲੈਂਦੀ ਮੇਰੇ ਨਾਲ ਐਂ ਨਹੀਂ ਹੋਣਾ ਜੇ ਮੈਂ ਐਂ ਕਰ ਲੈਂਦੀ ਜੇ ਮੈਂ ਐਂ ਕਰ ਲੈਂਦੀ ਪਰ ਜੇ ਨਾ ਹੁਣ ਕੋਈ ਹੱਲ ਨਹੀਂ ਹੋਣਾ ਹੁਣ ਡਿਪੋਰਟ ਹੋਏਗੀ ਕੁੜੀਏ ਸੋ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਸੋ ਬਾਈ ਮੈਂ ਬਾਹਲਾ ਸਿਆਣਾ ਤਾਂ ਨਹੀਂ ਹੈ ਨਾ ਮੈਂ ਆਖਾਂ ਮੈਂ ਬਹੁਤ ਵਿਦਿਆਵਾਨ ਮੈਂ ਬਾਹਲਾ ਪੜ੍ਹਿਆ ਲਿਖਾਂ ਬਾਈ ਜੀ ਬਸ ਆਪਾਂ ਵੀ ਪੇਂਡੂ ਜਿਹੇ ਬੰਦੇ ਹਾਂ ਸਿੱਧੇ ਸਾਦੇ ਬੰਦੇ ਹਾਂ ਬਸ ਇਹੋ ਹੀ ਆ ਵੀ ਲੋਕਾਂ ਦੇ ਜਿਹੜੇ ਦੁੱਖ ਸੁੱਖ ਦੇ ਵਿੱਚ ਖੜਦੇ ਆ ਯਾਰ ਠੀਕ ਆ ਨਾ ਸਪੋਰਟ ਕਰੀ ਦੀ ਜਿੰਨੇ ਜੋਗੇ ਹੈਗੇ ਆ ਭਾਵੇਂ ਲੋਕ ਕੁਛ ਕਹੀ ਜਾਣ ਜਿਵੇਂ ਬਾਈ ਹੋਣ ਕੇ ਜਾਣਦੇ ਆ ਫਿਰ ਮੁੰਡਿਆਂ ਚਿੱਠਾ ਪੀਂਦਾ ਤਾਂ ਫਿਰ ਮੈਰਿਜ ਨਾ ਕਰਵਾਉਂਦਾ ਕਿਉਂ ਮਾਪਿਆਂ ਦਾ ਬੁੱਤ ਕਰਵਾ ਦਾ ਬਾਈ ਉਹੀ ਤਾਂ ਗੱਲ ਆ ਬਾਈ ਜੀ ਹੁਣ ਤਾਂ ਜੋ ਮਰਜ਼ੀ ਅਗਲੀ ਕਹੀ ਜਾਵੇ ਹੁਣ ਤਾਂ ਪੁੱਤ ਮਰ ਗਿਆ ਕਿਉਂਕਿ ਉਹ ਜਿਉਂਦਾ ਹੁੰਦਾ ਲਾਡੀ ਮੂੰਹ 'ਤੇ ਗੱਲਾਂ ਠੁਕਦਾ ਹੈ ਨਾ ਹੁਣ ਤਾਂ ਵਿਚਾਰਾ ਮਰ ਗਿਆ ਹੁਣ ਉਹਨਾਂ ਕੋਲ ਕੀ ਰਹਿ ਗਿਆ ਆਪਣੇ ਜਿਹੜੇ ਮੈਸੇਜ ਆ ਫਿਰ ਜੇ ਐਡੀ ਆ ਨਾ ਉਹਦੇ ਇੰਟਰਵਿਊ ਹੋਈ ਇੰਟਰਵਿਊ ਚਲੋ ਜਿਵੇਂ ਸੀਗੀ ਜਿਵੇਂ ਮੈਨੂੰ ਤਾਂ ਉਹ ਗੱਲ ਦਾ ਜ਼ਿਆਦਾ ਪਤਾ ਨਹੀਂ ਪਰ ਉਹਦੇ ਇੰਟਰਵਿਊ 'ਤੇ ਉਹ ਕੁੜੀ ਨੇ ਇਹ ਤੋਂ ਕਿਹਾ ਵੀ ਤੁਸੀਂ ਜੋ ਤੁਹਾਡੀ ਚੈਟ ਆ ਉਹ ਦਿਓ ਕਹਿੰਦੀ ਮੈਂ ਹੁਣ ਨਹੀਂ ਦੇ ਸਕਦੀ ਮੈਂ ਮੇਲ ਕਰ ਦੂੰਗੀ ਕਿਉਂਕਿ ਚੈਟ ਦੇ ਵਿੱਚ ਯਾਰ ਹੈ ਹੀ ਕੁਛ ਨਹੀਂ ਵਟਸਐਪ ਦੀ ਚੈਟ ਮੈਂ ਸਾਰੀ ਪੜ੍ਹੀ ਹੈ ਹੀ ਕੁਛ ਨਹੀਂ ਇਹ ਵਿਚਾਰਾ ਕੋਈ ਮੈਸੇਜ ਕਰੀ ਜਾਂਦਾ ਵੀ ਹਾਂ ਤੂੰ ਰਿਪਲਾਈ ਕਰ ਮੇਰਾ ਨਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਜੋਬ 'ਤੇ ਚੱਲੀ ਮੈਂ ਇੱਥੇ ਚੱਲੀ ਹਾਂ ਯਾਰ ਕਿੱਡੀ ਕੀ ਯਾਰ ਜੋਬ ਯਾਰ ਦੱਸ ਆਪਦੇ ਹਸਬੈਂਡ ਤੋਂ ਵੀ ਉੱਤੇ ਕੁਛ ਹੁੰਦਾ ਪਰ ਇਹ ਗੱਲਾਂ ਬਾਈ ਉਹੀ ਸਮਝ ਸਕਦਾ ਹੈ ਨਾ ਜਿਹਦੇ ਮਨ 'ਚ ਮਤਲਬ ਹਯਾ ਦਇਆ ਹੈਗੀ ਆ ਹੈ ਨਾ ਜਿਹੜਾ ਪਰਮਾਤਮਾ ਨੂੰ ਡਰ ਕੇ ਰਹਿੰਦਾ ਹੈ ਨਾ ਜਿਹੜਾ ਉਹਦੇ ਪੈਰ ਦੇਖ ਕੇ ਚੱਲਦਾ ਵੱਡੀ ਗੱਲ ਤਾਂ ਉਹਦੇ ਪੈਰ ਹੈ ਨਾ ਜਿਹੜਾ ਉਹਦੇ ਪੈਰਾਂ ਤੋਂ ਮਤਲਬ ਡਿੱਗ ਪਿਆ ਹੈ ਨਾ ਉਹ ਬਈ ਗਿਆ ਸੋ ਬਾਈ ਜੀ ਵੱਧ ਤੋਂ ਵੱਧ ਬਾਈ ਜੀ ਸਪੋਰਟ ਕਰੋ ਹੈ ਨਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਯਾਰ ਉਹਦੇ ਹੱਕ ਜਦੋਂ ਆਪ ਤਾਂ ਪੜੀ ਹੋਣਾ ਉਦੋਂ ਪਤਾ ਲੱਗਦਾ ਹਾਂਜੀ ਬਾਈ ਜਦੋਂ ਆਪ ਬਈ ਉਹ ਤਾਂ ਹੋਣਾ ਹੀ ਆ ਅੱਜ ਨਹੀਂ ਕੱਲ ਨੂੰ ਨਹੀਂ ਪਰਸੋਂ ਨਹੀਂ ਚੌਥੇ ਨਹੀਂ ਇੱਕ ਦਿਨ ਤਾਂ ਹੋਣਾ ਹੀ ਹੋਣਾ ਮੰਨ ਕੇ ਚੱਲੋ ਜੇ ਨਾ ਇੰਡੀਆ ਆਈ ਡਿਪੋਰਟ ਨਾ ਹੋਈ
तो देख लियो जो बाई जी वो भैन भरा भी यो काम होना देख लियो जी। तो कदे भी सारी उम्र कुड़ी कुछ नहीं रह सकती सच्ची गल, क्योंकि बाई जी जी दसानवान की कमाई आ लाडी के माँ प्यो यार किडे के तगड़े से बेचारे है ना, उन्होंने कहा ट्रक चलते सीड़ा उन्होंने व्डिया व्डिया फैक्ट्रिया यार बेचार ने हौली हौली 25-30 लाख जोड़ना सौखा नहीं होंगे बाई जी। आपके पुत की खातर उन्होंने बेचारे ने है ना पैसे लाए है ना भी चल सा मुंडा कनेडा चला जाऊगा जिंदगी बन जूगी सैट हो जाएंगे सारा परिवार सैट हो जाऊगा। कौन चाहता होंगे कि साडा पुत मर जाए दसो, हूँ उल्टे उन्होंने इल्जाम लग रहे हैं कि लाडी चिट्टा पी गया झाड़ी चिट्टे ना मर गया। यार की हूँ गल् यार जो लाडी चिट्टे ना मर गया जो लाडी गलत आखी जाने जी वट्सअप दिड़िया थोड़िया वो आ रही मतलब थोड़ी जी चैट की वह किमें आ रही है लाडी का। फिर भी लाडी ने यह भी गल की मैसेज भी आखी आ कि जे तू जो करना कर ला मेरी पिंड च बहुत ज्यादा बदनामी हो रही है मैनू कमेंट वज रहे लोगों मेहने वज रहे ताने वज रहे कि तेनू तेरी घरवाली ने सदना नहीं गा। उन्हें यह गल कही आ कि तू मैनू सद ही लै इन्ना ही बड़ा बाकी जरा को करना उसे कर ली, पर उस गल से भी नहीं आई। वो देख लो बाई जी बेहद माड़ी गल की कुड़ी ने बहुत पीट परिवार कट्टे हुए सारे साथ मिले चाहे कुड़िया चाह मुंडे बई उ गल उ मैं लिखा कि लाडी की जी कुरबानी है ना वो जाया नहीं जाऊगी। लाडी की डैथ होने कारण है ना होर किन्ने मतलब चेहरे नवे है ना जिन्हें नकाब लत्या किन्ने अगे आए हैं यार किन्ने केस नवे जुड़े है ना किन्निया गांह गल्लां बातां पता लगियां भी कित्थों कित्थों तक लोगों ना इन्ना ना धक्का होया यार है ना। ये गल्लां क्यों निकलनिया सी क्योंकि लाडी की जो डैथ होगी वह गल्लां तां लिखियां सीगियां भी तां निकलनियां हुण लाडी कुरबानी दे गया हुण गल्लां हुण लोगों दे सामने आ गईयां ठीक है ना। तो ये बई जो भी हो रहा बहुत बई गलत हो रहा इस पर बहुत वड्डा प्रभाव पऊगा कल नूं लोगों ने है ना आपके मुंडे विहाने आपदी कुड़ियां विहाणियां यार कैस बिहेव ते विहाणगे दसो की सोच के विहाणगे ना की आईलैट्स से फीस ला देणगे की पैसे भर देणगे ना चंगियां कुड़ियां का भी उन्होंने वो कुड़ी ने रिकॉर्ड खराब करता चंगियां कुड़ियां का भी चंगे मुंडियां का है ना जिहड़े इहो जिहे काम करदे आ हुण चंगियां कुड़ियां बेचारियां इह सोचदियां होणगियां भी असीं भी किहड़े मूंह ना है ना किसे मन के चलो यार आईलैट्स ने एक तो जिंदगी बनाई है कुड़ियों की है ना जिहड़ियां कुड़ियां बेचारियां नहीं मुंडे जां घरों थोड़े नॉर्मल सी नहीं पैसे दे सकते है ना चल सहुरा परिवार जां पेका परिवार पैसे लागे भेज दिंदा सी है ना चलो वधिया सी जिहड़े बंदे गए आ पहलां सही कुड़ियां भी बहुत गईयां सही मुंडे भी गए आ पर जिहड़ा धब्बा कुड़ी ने लाया ना ये मतलब सारिया कुड़ियां की एक जिहड़ी नज़र आ इहने थले सैटती आ बहुत गलत काम किया इहने बहुत ज़्यादा एक धब्बा बनाया जिहड़ा इहने ला दिता कुड़ी के परिवार की बहुत वड्डी गलती जो समझ नहीं सकते कुड़ी मां सब पता वीरे कह सकते हैं ना की कह सकते हैं यार तुहानू पता ही आ इहो गल आ भी पता नहीं हुंदा है ना कि मन च कदों बेईमानी जाग पे है ना तुसीं कबीर ने कहिंदा भी परिवार नूं पता होवे नहीं भाई पता नहीं हुंदा सत्त समुंदरों पार जाके ना उड्डन लग जांदे लोग भी असीं पता नहीं कित्थे आ गए। मैं कला कुड़ियां नहीं कहिंदा मैं मुंडे भी कहना है ना मैं भी कहना आपदे आप नूं उड्डन लग जांदे उत्थे जाके भी असीं कनेडा आ गए असीं पता नहीं की करनियां दिहाड़ियां ही आ कनेडा आ गए उत्थे करनियां तां दिहाड़ियां ही आ इधर नूं वध काम करना पैंदा बई जी उत्थे जाके बाहरले मुल्कां च पर एक एक जिहड़ी ना आपदी जिहड़ी भुल जाणा भी पिछे असीं की कीता है ना वह चीज़ भुल जांदे आ जाके भुल जांदे आ माड़ियां गल्लां बहुत ज़्यादा ये नहीं सोचते भी हाँ सानू परिवार ने पैसे ला के भेजा है ना ऐं कीता साडे लई इन्ना कुछ कीता यार मां प्यो ने यार सारा कुछ भुल जाते यार। सो बई जी बाहरले मुल्क है ना जेडे गोरे 18 साल तो बाद घर के मुंडे नूं अड कर दिंदे धी पुत नूं जा तां खा दे कमा साडे दादे पड़दादे रोलदे रहिंदे साडे तक साडे लई गोडे घसाउंदे रहिंदे 90-92 साल तक किहदे लई पुत पोतियां तक। ते इहो गल्लां बई जी समझदे उह बंदे हुंदे आ ना जिन्हां नूं समझाया जांदा परिवारां दे विचों समझाया जांदा वी भाई गलत काम नहीं करना सही काम करना जे मन के चलो भी हाँ वह कुड़ी इन्हां नाल मुंडे नाल व्याही सी है ना फिर वो मन च यह नहीं सीगा भी हाँ यह तो यार रब आ मेरा सारा कुछ जिन्हें मैनू एडा विखाता है ना जिहदे परिवार ने मैनू सारा कुछ विखाता है ना बाहरला मुल्क वादा जहाजां दे हूटे तक दवाते फिर रह के गया इन्हें की किया इन्हें उन्हूं आ सिला दिता बेचारे ने बहुत खर्च मारी सच्ची गल मैं तो खर्च ही कहना यार खर्च कम किया यार सच्ची गल सही गल बाई ने लिखा गोरा मोगा कहिंदा ना मैं मापियां दी होई ना सहुरियां दी होई बाई जी खीर च जाके ना आही गल हुंदी आ जदों बंदे दा भांडा टुट जांदा ना पहलां तां ए हुंदा वी यार माड़े काम करो माड़े काम वधिया यार करो चलो पर जिहड़ा ए जिहड़ा जिहड़ा चंगा राह हुंदा ना उहदे पहलां मुश्किलां बड़ियां हुंदियां जिहड़ा माड़ा राह उसला पहलां बड़ा चंगा लगदा
ठीक है ना, बाहर जाके बाद पता लगता है यू हम ना बाद अखा खुलनिया जाके हम खुलिया हूँ 35-40 लाख की 50 लाख तक देगी पता लगे ना इंडिया सिटी जो मैं वही वही गल कहना जो बहर बैठे कनेडा बच यार भी वीर यार उत्थे यार जरूर यार जिन्ना हूँ उत्थे करन यार जिन्ना भी है ना हो सकता उन्होंने वीर का यार कनेडा जो रह रहे तो चल इंडिया रह रहे है ना जे कैनेडा के रह रहे यार वो तो वह कुड़ी तक मिलने यार जाके पुछन भी हाँ तू किया क्यों क्यों किसी का पुत मरवाता क्यों किसी एड्डी वीड्डी सजा दी यार डबरो जी तुम आई क्यों हाँ जी भाई जी करो सपोर्ट मेरे वो तो मैं कोई ज्यादा बदवानी तो नहीं यार दिल चे वाल है ना यार भी मैं भी बोला यार है ना लोग गाँव मेथों इंस्पायर हो गए यार भी लोग आखन गए हाँ यार असं भी बोल गए यार साडा भी हक बनता बोलन का यार है ना आप कोई गलत काम तो नहीं बोल रहे भाई यार दस दौ है ना जो कई कह भी तू आया फलाना टाइम का पुट्ठा सीधा बोली जान कुछ पर आप भी कोई फर्क नहीं क्योंकि आप सही गल की क्योंकि ये माड़ी मोटी गलत नहीं अगले पुत तुर गया दुनिया तो जहान तो बई जी घर खाली हो गया है ना भै भै हो गई यार घर च यार बहुत बुरा हाल है ना जिन्हों का पुत तुर जे खड़ाया लिखाया पढ़ाया व्डा किया जमया पालिया है ना तो कितने तो मतलब व्डा हो के उन्होंने उन्होंने सामभना से कितने वेला भी अर्थी चकनी पै गई यार कि सिर्फ कुड़ी करके बेअंत करके बहुत माड़ी गल की उन्हें कोई नहीं रब का देखता ही आ बाकी भाई सपोर्ट करो वो तो वह यार लाडी सपोर्ट करो जिनी भी होंगी यार सो गलत फलत बोलिया गया भाई जी माफ करना वीडियो मेरे दब के शेयर कर दे। सो दोस्तों हुण तुसीं सारा मसला देख ही लिया हुण इस सारे विवाद बारे अपने विचार तुसीं कमेंटां दे विच जरूर सांझे करके जाना ते नाली दोस्तों तुसीं अपने सुझाव भी कमेंटां दे विच सांझे कर सकदे हो किस तरह के मसलियां नूं रोकण वास्ते की कदम उठाए जाने चाहीदे ने सरकार द्वारा अते मापिआं द्वारा उह भी तुसीं कमेंटां 'च जरूर अपने विचार सांझे करके जाना ते दोस्तों इस दे नाल ही अज दे अपडेट्स की लड़ी दे विच फिलहाल इन्ना ही होर ताज़ा खबरां दे लई हुणे वीडियो दे थले दिख रहे रैड कलर दे सबसक्राइब बटन ते टच करके चैनल नूं सबसक्राइब भी कर लेना तो उस तो बाद नोटिफिकेशन बैल से क्लिक करके ऑल से जरूर सिलेक्ट कर लेना ताकि साड़ी हर एक नई वीडियो तुहाडे तक पहुंचे सब तो पहला। सो दोस्तों हुण फिलहाल इत्थे सानू दिओ इजाजत मिलांगे जल्द थैंक यू धन्नवाद टेक केयर। कहिंदे एक वारी ना बाज आ जिहड़ा ओह आसमान छोड़दा फिरदा हुंदा ओह नीचे देखदा हिरन ना घाह खाई जांदी हुंदी आ ते कोल ही ओहदा शेर खड़ा हुंदा ओह हिरन कोल जांदा हैरानी नाल पुछदा कहिंदा तू घाह खाई जांदी तेरे कोल शेर बैठा है तैनूं कुछ कहिंदा क्यों नहीं ਕਹਿੰਦੀ ਬਚਪਨ ਚ ਨਾ ਇਹਦੀ ਮਾਂ ਮਰ ਗਈ ਸੀ ਫਿਰ ਮੈਂ ਇਹਨੂੰ ਦੁੱਧ ਪਿਆਇਆ ਸੀ ਇਹ ਉਹ ਅਹਿਸਾਨ ਦਾ ਬਦਲਾ।